ਕੈਪਟਨ ਆ ਗਿਆ, ਸੁਖਬੀਰ ਆ ਗਿਆ, ਮੌਕਾ ਦੇਖਿਆ ਪਿੱਛੇ ਖੜਦੇ ਸੀ, ਚਲੋ ਨਹੀਂ ਆ ਸਾਡੇ ਇੱਥੇ ਤੱਕ ਵਿਚਾਰੇ ਉਹ ਕੈਪਟਨ ਦੀ ਤਾਂ ਪਜਾਮੀ ਵੀ ਨਹੀਂ ਦੇਖੀ ਕਦੀ ਲਿਪੜਦੀ ਜੀ, ਉਹਨੇ ਸੇਫ ਨਹੀਂ ਲਾਓ ਕਰਦੀ। ਚਲੋ ਕੋਈ ਨੀ, ਉਹਨਾਂ ਦੀਆਂ ਪੰਜਾਮੀਆਂ ਬਾਰੇ ਆਪਾਂ ਕਾਹਨੂੰ ਗੱਲ ਕਰਨੀ, ਲੋਕਾਂ ਨੇ ਜਦੋਂ ਲਾ ਹੀ ਦਿੱਤੀਆਂ ਫਾਇਦਾ। ਸੁਨੀਲ ਜਾਖੜ ਸਾਹਿਬ ਨੂੰ ਇਹ ਪਤਾ ਕਿ ਕਿੰਨੀ ਤਰੀਕ ਨੂੰ ਪੈਸੇ ਭੇਜਣੇ? ਜਿਹੜੇ ਪਹਿਲਾਂ ਵੀ ਪ੍ਰਧਾਨ ਰਹੇ ਨੇ ਉਹ ਦੂਜੀ ਪਾਰਟੀ ਦੇ, ਅੱਜ ਕੱਲ੍ਹ ਉਹ ਪੰਜਾਬ ਕਾਂਗਰਸ ਦੀ ਭਾਜਪਾ ਇਕਾਈ ਦੇ ਪ੍ਰਧਾਨ ਨੇ। ਪਹਿਲਾਂ ਜੇ ਸਰਕਾਰ ਦੇ ਪ੍ਰਧਾਨ ਰਹੇ ਨੇ ਉਦੋਂ ਕੈਪਟਨ ਸਾਹਿਬ ਨੇ ਆਰ ਡੀ ਐਫ ਦਾ ਪੈਸਾ ਮਿਸਯੂਜ਼ ਕੀਤਾ ਤਾਂ ਉਹਨਾਂ ਨੇ ਆਰ ਡੀ ਐਫ ਰੋਕਿਆ। ਕੀ ਇਹਦੇ ਬਾਰੇ ਜਾਖੜ ਸਾਹਿਬ ਬੋਲਣਗੇ, ਕੈਪਟਨ ਸਾਹਿਬ ਬੋਲਣਗੇ, ਮਨਪ੍ਰੀਤ ਬਾਦਲ ਬੋਲੂਗਾ, ਰਾਜਾ ਵੜਿੰਗ ਬੋਲੂ, ਇੱਧਰ ਰਾਜਾ ਵੜਿੰਗ ਸਾਹਿਬ ਚਲੋ ਛੱਡੋ, ਸੋਰੀ ਤਾਂ ਕਾਂਗਰਸ ਉੱਧਰ ਚਲੀ ਗਈ, ਠੀਕ ਹੈ ਨਾ। ਉਹਦੇ ਬਾਰੇ ਆਰ ਡੀ ਐਫ ਬਾਰੇ ਬਿਲਕੁਲ ਨਹੀਂ ਬੋਲਦੇ, ਕਿਉਂ ਰੋਕਿਆ ਗਿਆ? ਹਾਂ, ਅਸੀਂ ਸੁਪਰੀਮ ਕੋਰਟ, ਸਾਨੂੰ ਕਿਉਂ ਜਾਣਾ ਪਿਆ ਜਦੋਂ ਬੀਜੇਪੀ ਸਾਰੀ ਕਾਂਗਰਸ ਬੀਜੇਪੀ 'ਚ, ਸਾਰੀ ਸਰਕਾਰ ਬੀਜੇਪੀ 'ਚ, ਸਾਨੂੰ ਆਰ ਡੀ ਐਫ ਦੇ ਪੈਸੇ ਵਾਸਤੇ ਸੁਪਰੀਮ ਕੋਰਟ ਕਿਉਂ ਜਾਣਾ ਪੈ ਰਿਹਾ? ਉਹ ਕਿਉਂ ਨਹੀਂ ਰਿਲੀਜ਼ ਕਰਾਉਂਦੇ ਜੀ? ਅੱਛਾ, ਨਦੀਆਂ ਨੂੰ ਚੂੜੇ ਚੜ੍ਹਾ ਦੋਗੇ, ਨਦੀਆਂ ਨੂੰ ਕੈਪਟਨ ਸਾਹਿਬ ਨੂੰ ਨੱਥ ਪਾਈ ਨਹੀਂ ਗਈ, ਨਦੀਆਂ ਨੂੰ ਇੱਕ ਵੀ ਘਰ ਦੀ ਛੱਤ ਪੰਜਾਬ ਦੇ ਵਿੱਚ ਦੁਬਾਰਾ ਬਣਨ ਤੋਂ ਨਹੀਂ ਰਹੂਗੀ। 1.25 ਲੱਖ ਰੁਪਈਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ, ਉਸ ਤੋਂ ਵੱਧ ਵੀ ਜਿੰਨੇ ਪੈਸੇ ਦੇਣੇ ਪਏ, ਪੰਜਾਬ ਦੇ ਵਿੱਚ ਕੋਈ ਬਿਨਾਂ ਛੱਤ ਨਹੀਂ। ਪੈਸੇ ਪੱਖੋਂ ਕਿਉਂਕਿ ਐਮ ਪੀ ਸਾਹਿਬ ਨੇ ਇਹਨਾਂ ਕੋਲ ਹੀ ਫੰਡ ਹੈ, ਪਰ ਮੈਂ ਵੀ ਇਹਨਾਂ ਨੂੰ ਇਹ ਕਿਹਾ ਖੁੱਲ੍ਹਾ ਹੱਥ, ਜਿੰਨੇ ਲਿਖ ਦੇਣਗੇ ਉਹਨੇ ਦੇ ਦਾਂਗੇ। ਅਸੀਂ ਇਨਸਾਨ ਅਤੇ ਬੇਜ਼ੁਬਾਨ, ਸਭ ਦੀ ਜਾਨ ਦੀ ਰਾਖੀ ਕਰਨੀ ਹੈ। ਜੀਰੀ ਅਤੇ ਪਨੀਰੀ ਦੁਬਾਰਾ ਲੱਗ ਜੂਗੀ, ਪਰ ਜਾਨ ਦੁਬਾਰਾ ਨਹੀਂ ਆ ਸਕਦੀ। ਸੋ ਮੈਂ ਬਹੁਤ ਸਾਰੇ ਲੋਕ ਜਿਹੜੇ ਐਨ ਡੀ ਆਰ ਐਫ ਦੀ ਟੀਮ ਹੈ, ਮੈਂ ਉਹਨਾਂ ਨੂੰ ਵੀ ਬਹੁਤ ਐਪਰੀਸ਼ੀਏਟ ਕਰਦਾ। ਬੀ ਐੱਸ ਐੱਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ, ਮੈਂ ਫਿਰੋਜ਼ਪੁਰ ਗਿਆ ਸੀ। ਇਸ ਵਕਤ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਜੋ ਇੱਕ ਦੂਜੇ ਦਾ ਹੱਥ ਫੜ ਰਹੇ ਨੇ, ਇਹੀ ਪੰਜਾਬ ਹੈ। ਮਤਲਬ 100 ਤੋਂ ਅੱਗੇ 1.5 ਕਿਲੋਮੀਟਰ ਅੱਗੇ ਧੱਕਾ ਬਸਤੀ ਹੈ, ਉਹਦੇ ਤਕਰੀਬਨ 25 ਘੱਟ ਹੈਗੇ, ਮਤਲਬ ਬਹਿ ਗਏ ਪੂਰੀ ਤਰੀਕੇ ਦੇ ਨਾਲ। ਇੱਕ ਵੀ ਘਰ ਦੀ ਛੱਤ ਪੰਜਾਬ ਦੇ ਵਿੱਚ ਦੁਬਾਰਾ ਬਣਨ ਤੋਂ ਨਹੀਂ ਰਹੂਗੀ। 1.25 ਲੱਖ ਰੁਪਈਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ, ਉਸ ਤੋਂ ਵੱਧ ਵੀ ਜਿੰਨੇ ਪੈਸੇ ਦੇਣੇ ਪਏ, ਪੰਜਾਬ ਦੇ ਵਿੱਚ ਕੋਈ ਬਿਨਾਂ ਛੱਤ ਨਹੀਂ। ਸਰਕਾਰ ਤੋਂ ਜਿਸ ਤਰ੍ਹਾਂ ਸੁਨੀਲ ਜਾਖੜ ਉਹਨਾਂ ਨੇ ਅੱਜ ਸਵਾਲ ਚੁੱਕੇ, ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਜਿਸ ਤਰ੍ਹਾਂ ਦੇ ਹਾਲਾਤ ਬਣੇ, ਹੋਰ ਤਰ੍ਹਾਂ ਦੀ ਮਦਦ ਦੀ ਵੀ ਕੀ ਲੋੜ ਪੈ ਸਕਦੀ ਹੈ ਕੇਂਦਰ ਸਰਕਾਰ ਨੂੰ? ਲੋੜ ਹੈ ਇਸ ਵੇਲੇ ਸੁਨੀਲ ਜਾਖੜ ਸਾਹਿਬ ਨੇ ਕਿਹਾ, ਸੁਨੀਲ ਜਾਖੜ ਕਹਿ ਰਹੇ ਕਿ ਕੇਂਦਰ ਨੇ ਪੈਸੇ ਭੇਜ ਦਿੱਤੇ ਸਹੀ ਤਰੀਕੇ ਨਾਲ, ਪਹਿਲਾਂ ਇਸਤੇਮਾਲ ਜਿਹੜਾ ਵਾ ਉਹਨੇ ਕੀਤਾ। ਸੁਨੀਲ ਜਾਖੜ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਕਿ ਅੱਜ ਇਸ ਮਜ਼ਦੂਰ ਇੱਕ ਦੀ ਮੌਤ ਹੋ ਗਈ, ਉਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ। ਸੁਨੀਲ ਜਾਖੜ ਸਾਹਿਬ ਨੂੰ ਇਹ ਪਤਾ ਕਿ ਕਿੰਨੀ ਤਰੀਕ ਨੂੰ ਪੈਸੇ ਭੇਜਣੇ? 218.40 ਕਿੰਨੀ ਤਰੀਕ ਨੂੰ ਭੇਜਣੇ? ਤੁਹਾਨੂੰ ਸਾਰਾ ਪਤਾ ਜੀ, 10 ਤਰੀਕ ਨੂੰ ਮੇਰੇ ਕੋਲ ਪੈਸੇ ਆਏ ਨੇ, 12 ਤਰੀਕ ਨੂੰ ਪੁੱਛ ਰਹੇ ਨੇ, ਮੈਂ ਉਹ ਪੈਸਾ ਵਰਤੂੰਗਾ? ਮੈਂ ਇੱਕ ਵੀ ਪੈਸਾ, ਜਿਹੜੇ ਪਹਿਲਾਂ ਵੀ ਪ੍ਰਧਾਨ ਰਹੇ ਨੇ ਉਹ ਦੂਜੀ ਪਾਰਟੀ ਦੇ, ਅੱਜ ਕੱਲ੍ਹ ਉਹ ਪੰਜਾਬ ਕਾਂਗਰਸ ਦੀ ਭਾਜਪਾ ਇਕਾਈ ਦੇ ਪ੍ਰਧਾਨ ਨੇ। ਪਹਿਲਾਂ ਜੇ ਸਰਕਾਰ ਦੇ ਪ੍ਰਧਾਨ ਰਹੇ ਨੇ ਉਦੋਂ ਕੈਪਟਨ ਸਾਹਿਬ ਨੇ ਆਰ ਡੀ ਐਫ ਦਾ ਪੈਸਾ ਮਿਸਯੂਜ਼ ਕੀਤਾ ਤਾਂ ਉਹਨਾਂ ਨੇ ਆਰ ਡੀ ਐਫ ਰੋਕਿਆ। ਅਸੀਂ ਐਕਟ ਚੇਂਜ ਕਰਨਾ ਪਿਆ ਸਾਨੂੰ ਕਿ ਐਕਟ ਚੇਂਜ ਕਰੋ ਤਾਂ ਪੈਸੇ ਦੇਵਾਂਗੇ, ਅਸੀਂ ਐਕਟ ਚੇਂਜ ਕੀਤਾ। ਕੀ ਇਹਦੇ ਬਾਰੇ ਜਾਖੜ ਸਾਹਿਬ ਬੋਲਣਗੇ, ਕੈਪਟਨ ਸਾਹਿਬ ਬੋਲਣਗੇ, ਮਨਪ੍ਰੀਤ ਬਾਦਲ ਬੋਲੂਗਾ, ਰਾਜਾ ਵੜਿੰਗ ਬੋਲੂ, ਇੱਧਰ ਰਾਜਾ ਵੜਿੰਗ ਸਾਹਿਬ ਚਲੋ ਛੱਡੋ, ਉਹ ਇੱਕ ਕੈਪਟਨ ਨਹੀਂ, ਉਹ ਬਲਬੀਰ, ਡਾਕਟਰ ਬਲਬੀਰ ਬੋਲੂਗਾ ਅਤੇ ਫਤਿਹ ਜੰਗ ਬਾਜਵਾ ਬੋਲੂਗਾ, ਸੋਰੀ ਤਾਂ ਕਾਂਗਰਸ ਉੱਧਰ ਚਲੀ ਗਈ, ਠੀਕ ਹੈ ਨਾ। ਉਹਦੇ ਬਾਰੇ ਆਰ ਡੀ ਐਫ ਬਾਰੇ ਬਿਲਕੁਲ ਨਹੀਂ ਬੋਲਦੇ, ਕਿਉਂ ਰੋਕਿਆ ਗਿਆ?
ਹਾਂ ਅਸੀਂ ਸੁਪਰੀਮ ਕੋਰਟ, ਸਾਨੂੰ ਕਿਉਂ ਜਾਣਾ ਪਿਆ ਜਦੋਂ ਬੀਜੇਪੀ ਸਾਰੀ ਕਾਂਗਰਸ ਬੀਜੇਪੀ 'ਚ ਸਾਰੀ ਸਰਕਾਰ ਬੀਜੇਪੀ 'ਚ, ਸਾਨੂੰ RDF ਦੇ ਪੈਸੇ ਵਾਸਤੇ ਸੁਪਰੀਮ ਕੋਰਟ ਕਿਉਂ ਜਾਣਾ ਪੈ ਰਿਹਾ? ਉਹ ਕਿਉਂ ਨਹੀਂ ਰਿਲੀਜ਼ ਕਰਾਉਂਦੇ ਜੀ? ਅੱਛਾ, ਨਦੀਆਂ ਨੂੰ ਚੂੜੇ ਚੜ੍ਹਾ ਦੋਗੇ, ਨਦੀਆਂ ਨੂੰ ਕੈਪਟਨ ਸਾਹਿਬ ਨੂੰ ਨੱਥ ਪਾਈ ਨਹੀਂ ਗਈ, ਨਦੀਆਂ ਨੂੰ ਨੱਥ ਪਾਈ ਨਾ ਮੈਮ। ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਵਰਗੇ ਰਾਜ ਸਭਾ ਦੇ ਵਿੱਚ ਜਿੱਥੇ ਕਾਨੂੰਨ ਘੜੇ ਜਾਂਦੇ ਨੇ ਉੱਥੇ ਜਾ ਕੇ ਉਹ ਬੋਲਦੇ ਨੇ, ਅਤੇ ਸੀਚੇਵਾਲ ਸਾਹਿਬ ਨਾਲ ਨੇ ਸਾਹਿਬ MP ਜਿਹੜੇ ਜਲੰਧਰ ਤੋਂ ਨਵੇਂ ਚੁਣੇ ਨੇ, 20 ਜੁਲਾਈ ਸਹੁੰ ਚੁੱਕਣੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਹੀ ਇੰਨੇ ਕੰਮ ਕਰਤੇ, ਸਹੁੰ ਚੁੱਕਣ ਤੋਂ ਬਾਅਦ ਤਾਂ ਕਰਨੇ ਹੀ ਕਰਨੇ, ਬਾਅਦ 'ਚ 20 ਜੁਲਾਈ ਨੂੰ ਸਹੁੰ ਸਮਾਗਮ ਹੋਊਗਾ। ਜਿੰਨੇ ਵੀ ਸਾਡੇ ਸਾਰੇ ਇਹ ਨਹੀਂ ਦੇਖਣ ਆਇਆ ਕਿ ਮੇਰੀਆਂ ਫੋਟੋਆਂ ਹੋ ਜਾਣ, ਮੈਂ ਇਹ ਕਹਿਣ ਆਇਆ ਕਿ ਅੱਗੇ ਤੋਂ ਮੈਨੂੰ ਆਉਣ ਦੀ ਲੋੜ ਨਾ ਪਵੇ ਇੱਥੇ। ਬਿਲਕੁਲ ਸਹੀ ਗੱਲ ਹੈ, ਯਾਰ ਆ ਗਿਆ ਮੁੱਖ ਮੰਤਰੀ, ਉਹਨੇ ਮੌਕਾ ਦੇਖਿਆ ਤਾਂ ਯਾਰ ਇਦੂ ਪਹਿਲਾਂ ਵੀ ਖਬਰਾਂ ਛਪ ਗਈਆਂ ਹੋਣਗੀਆਂ, ਫਿਰ ਕੈਪਟਨ ਆ ਗਿਆ, ਸੁਖਬੀਰ ਆ ਗਿਆ, ਮੌਕਾ ਦੇਖਿਆ ਪੰਜਾਬੀਆਂ ਬਾਰੇ। ਫਾਇਦਾ ਮੇਰਾ ਮਤਲਬ ਇਹ ਹੈ ਕਿ ਮੈਂ DC ਸਾਹਿਬ ਨੂੰ ਤੇ MP ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ, ਪੈਸਿਆਂ ਦੀ ਕੋਈ ਕਮੀ ਨਹੀਂ ਰਹੂਗੀ, ਪਰ ਕਿਰਪਾ ਕਰਕੇ ਮੈਨੂੰ ਅਗਲੇ ਸਾਲ ਐਸੇ ਗੱਲ ਵਾਸਤੇ ਨਾ ਬੁਲਾਇਓ ਕਿ ਜੀ ਫੇਰ ਤੋਂ ਸੀਵਨ ਟੁੱਟ ਗਿਆ ਜੀ, ਫੇਰ ਮਾਰੇ ਗਏ ਜੀ। ਫਸਲਾਂ ਨਾ ਦੇਖੋ, ਇਹ ਫਸਲਾਂ ਨਾ ਦੇਖੋ, ਟੈਂਡਰ ਪਾਤਾ, ਫਲਾਨਾ ਪਾਤਾ, ਉਹ ਟੈਂਡਰ ਤਾਂ ਸਾਹਮਣੇ। DC ਸਾਹਿਬ ਕਿੱਥੇ ਨੇ? DC ਸਾਹਿਬ ਮੈਂ ਸਾਰੇ ਮੁੰਡੇ ਵੀਡੀਓ ਬਣਾ ਰਹੇ ਨੇ, ਮੈਂ ਤੁਹਾਡੇ ਸਾਹਮਣੇ, ਪੈਸੇ ਦੀ ਕੋਈ ਕਮੀ ਨਹੀਂ, ਪਰ ਕਿਰਪਾ ਕਰਕੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿਓ, 3-4 ਮਹੀਨਿਆਂ ਦਾ ਬਾਬਾ ਜੀ ਦਾ ਸਹਿਯੋਗ ਲੈ ਲਿਓ, MP ਸਾਹਿਬ ਦਾ MP ਸਾਹਿਬ ਨਾਲ ਨੇ, ਮੈਨੂੰ ਦੁਬਾਰੇ ਇੱਥੇ ਇਹ ਮੌਕਾ ਦੇਖਣ ਆਉਣਾ। ਹਾਂ, ਮੈਂ ਇੱਥੇ ਫੋਟੋ ਖਿਚਾਉਣ ਜ਼ਰੂਰ ਆ ਸਕਦਾ, ਤੁਸੀਂ ਵੀ ਆ ਜਾਓ। ਕੋਈ ਵਿਆਹ ਆ ਜਾਂਦਾ ਬਈ, ਸਾਡਾ ਦਰਿਆ ਇਹ 5 ਦਰਿਆਵਾਂ ਧਰਤੀ ਹੈ, ਇੱਥੇ ਸੈਲਫੀਆਂ ਕਰਨ ਆ ਜਾਓ, ਪਰ ਹੜਾਂ ਦੀ ਮਾਰ ਹੇਠ ਆ ਕੇ ਜਾਂ ਮਜਬੂਰੀ ਹੇਠ ਬੈਠੇ ਤਾਂ ਤੁਸੀਂ ਤੁਸੀਂ ਜਾ ਕੇ ਬਹਿ ਜਾਓ, ਬੰਦ ਕਰਤੀ ਪੁੱਤ। ਮੈਂ ਕਿਹਾ ਜਦੋਂ ਯਾਰ ਮੈਂ ਕਹਿਤਾ, ਮੈਂ ਕੋਈ ਝੂਠ ਬੋਲਦਾ? ਮੁੱਖ ਮੰਤਰੀ ਆ ਯਾਰ ਤੁਸੀਂ, ਬਣਾ ਲੈ। ਮੈਂ ਕਿਹਾ ਤੁਸੀਂ ਉੱਥੋਂ ਉੱਠ ਕੇ ਆ ਜਾਓ, ਜੇ ਚੱਲ ਗਈ ਤਾਂ ਮੈਨੂੰ ਕਹਿ ਦੇ, ਜੇ ਸਮਾਨ ਪੱਟੀ ਜਾਂਦੇ ਤਾਂ ਮੈਂ ਬੰਦ ਕਰਤੀ, ਪੱਟ ਲੈਣ ਸਮਾਨ, ਉਹਨਾਂ ਨੂੰ ਲੈ ਜਾਣ ਮਸ਼ੀਨਾਂ ਜਿੱਥੇ ਮਰਜ਼ੀ ਹੋਰ ਲਾ ਲੈਣ, ਨਹੀਂ ਚੱਲ ਪੈਣੇ। ਜੀਰੇ ਵਾਲੀ ਫੈਕਟਰੀ ਮੇਰੇ ਆ ਬਾਈ, ਮੇਰੇ ਦਿਲ ਬਾਈ ਐ ਉਂਗਲਾਂ ਤੇ ਗਿਣੀਆਂ ਪਈਆਂ ਨੇ। ਮੈਂ ਕਿਹੜਾ ਕੋਈ ਅਫਸਰ ਤੋਂ ਪੁੱਛਣਾ ਵੀ ਆਹ ਕਿਵੇਂ ਹੈ, ਆਹ ਕਿਵੇਂ ਹੋਤਾ ਹੈ, ਕੈਸੇ ਹੋਤਾ ਹੈ? ਮੈਂ ਹੋਤਾ ਹੋਤਾ ਆ ਰਿਹਾ ਨੀ, ਮੇਰੇ ਤੁਹਾਡੇ ਚੋਂ ਹੀ ਆ, ਜਮਾ ਹੀ ਬੰਦ। ਜਿੱਦਾਂ ਚੱਲ ਪਈ
ਮੈਂ ਨਾ ਕਰਦਾ, ਮੈਨੂੰ 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 ਖੜਾ ਨਹੀਂ ਚੱਲ ਦਿੰਦੇ ਯਾਰ। ਉਹਦੀ ਰਿਪੋਰਟ ਵੀ ਆ ਗਈ ਕਿ ਪਾਣੀ ਪਾਉਂਦੇ ਸੀ, ਬੋਰ ਥੱਲੇ ਕੀਤੇ ਹੋਏ ਸੀ, ਠੀਕ ਹੈ ਨਾ, ਠੀਕ ਹੈ। ਅਸੀਂ ਜਦੋਂ ਜਦੋਂ ਰਿਪੋਰਟ, ਹਾਂ ਜਿੰਨਾ ਚਿਰ ਮੇਰੇ ਕੋਲ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਹਾਈ ਕੋਈ ਨਹੀਂ ਕੁਛ ਕਰ ਸਕਦਾ ਸੀ। ਉਦੋਂ ਤੁਸੀਂ ਵੀ ਉੱਥੇ ਸਾਥ ਦਿੱਤਾ, ਫਿਰੋਜ਼ਪੁਰ ਵਾਲੇ ਐਸ ਐਸ ਪੀ ਨਾਲ ਰੋਜ਼ ਮੈਂ ਕਹਿੰਦਾ ਸੀ ਕਿ ਕੁਛ ਨਾ ਕਰਿਓ, ਕੋਈ ਨਹੀਂ, ਆਪਣੇ ਹੀ ਮੁੰਡੇ ਨੇ, ਆਪਣੇ ਨੇ, ਧੱਕਾ ਨਾ ਕਰਿਓ, ਕੁਛ ਨਹੀਂ ਕਰਿਓ। ਉਹ ਰੋਜ਼ ਲੈ ਆਉਂਦੇ ਸੀ ਸਾਨੂੰ ਜੀ, 50 ਮੀਟਰ ਪਰਾਂ ਕਰ ਦਿਓ, ਸਾਡੇ ਟਰੱਕ ਲੰਘ ਲੈਣ ਦਿਓ ਫਲਾਨਾ ਤੇ। ਮੈਨੂੰ ਕੱਲੀ ਕੱਲੀ ਗੱਲ ਯਾਦ ਹੈ, ਭਗਵੰਤ ਮਾਨ ਦੀ ਜ਼ੁਬਾਨ ਹੈ, ਰੱਬ ਨੇ ਗੱਲ ਦਿੱਤਾ, ਗੱਲ ਦੀ ਸੌਂਕ ਆ ਕੇ ਕਹਿੰਦਾ ਫੈਕਟਰੀ।